जलंधर में बीती रात नकोदर चौक के नजदीक लवली वेक स्टूडियो के सामने उस समय अफरा तफरी का माहौल बन गया जब नकोदर चौक की तरफ से आ रही एक गाड़ी को गलत साइड से निकली तेज रफ्तार गाड़ी ने टक्कर मार दी। टक्कर इतनी जबरदस्त थी कि गाड़ियां तो क्षतिग्रस्त हुई ही पर पीड़ित गाड़ी चालक भी जख्मी हो गया और उसके साथ मौजूद युवक भी घायल हो गया जो कि इलाज के लिए सिविल अस्पताल पहुंचाए गए। मौके पर थाना संबंधित थाने की पुलिस ने पहुंच जांच शुरू कर दी है। जलंधर से ईशांत जुनेजा की रिपोर्ट। ਗੱਲ ਭਾਅ ਜੀ ਇੱਦਾਂ ਹੋਈ ਕਿ ਅਸੀਂ ਲਵਲੀ ਸਵੀਟ ਦੇ ਕੋਲ ਕੁਲਫੀ ਖਾਣ ਲਈ ਰੁਕਣ ਲੱਗੇ ਸੀਗੇ। ਸਾਡੀ ਗੱਡੀ ਬਿਲਕੁਲ ਸਲੋ ਸੀਗੀ ਐਂਡ ਜਸਟ ਉਹਨਾਂ ਨੇ ਕੀ ਕੀਤਾ, ਰੋਂਗ ਸਾਈਡ ਦੇ ਵਿੱਚੋਂ ਦੀ ਬਾਹਰ ਨੂੰ ਕੱਢੀ ਗੱਡੀ ਔਰ ਪੂਰੀ ਸਪੀਡ ਦੇ ਨਾਲ ਲਿਆ ਕੇ ਸਾਡੇ ਵਿੱਚ ਮਾਰੀ ਹੈ ਔਰ ਇੰਨੀ ਬੁਰੀ ਤਰ੍ਹਾਂ ਉਹਨੇ ਡੈਮੇਜ ਕੀਤਾ ਹੈ। ਮੇਰੇ ਵੀ ਇੱਥੇ ਸੱਟ ਲੱਗੀ ਹੈ ਔਰ ਮੇਰੇ ਨਾਲ ਦੇ ਜਿਹੜੇ ਫਰੈਂਡ ਸੀਗੇ ਉਹਦਾ ਤਾਂ ਪੂਰਾ ਮਤਲਬ ਇੱਕ ਸਾਈਡ ਤੋਂ ਪੂਰਾ ਡੈਮੇਜ ਹੋ ਚੁੱਕਾ ਹੈ। ਸਟਿਚਿੰਗ ਲੱਗੀ ਹੈ, ਸਟਿਚਿੰਗ ਲੱਗੀ ਹੋਈ ਹੈ, ਠੀਕ ਹੈ, ਅਤੇ ਉਹਨਾਂ ਦੇ ਟਾਂਕੇ ਟੂੰਕੇ ਲੱਗਣੇ ਹੋਏ ਸਾਰਾ ਉਹਨਾਂ ਨੇ ਹੌਸਪਿਟਲ ਕਰਨੇ। ਤੁਹਾਡੀ ਕਿਹੜੀ ਗੱਡੀ ਸੀ ਭਾਈ? ਸਾਡੀ ਸੀਗੀ ਜੈਨ ਸਟੀਲੋ ਅਤੇ ਦੂਸਰੀ ਗੱਡੀ ਆਈ ਥਿੰਕ ਸਰ ਹੋਂਡਾ ਸਿਟੀ ਹੈ। ਅੱਛਾ ਜੀ, ਅਤੇ ਤੁਸੀਂ ਕਿੱਥੋਂ ਆ ਰਹੇ ਸੀ ਭਾਜੀ? ਅਸੀਂ ਨਕੋਦਰ ਚੌਂਕ ਤੋਂ ਜੋਤੀ ਚੌਂਕ ਵੱਲ ਨੂੰ ਆ ਰਹੇ ਸੀਗੇ ਅਤੇ ਉਹ ਰੋਂਗ ਸਾਈਡ ਤੋਂ ਲਵਲੀ ਬੈਕਸ ਦੇ ਬਾਹਰ ਨੂੰ ਆ ਰਹੇ ਸੀਗੇ। ਅਤੇ ਤੁਹਾਡੇ 'ਚੋਂ ਦੂਸਰੀ ਗੱਡੀ 'ਚੋਂ ਕਿਸੇ ਡਰਿੰਕ ਵਗੈਰਾ ਵੀ ਕੀਤੀ ਸੀ ਸਿਸਟਮ? ਸਾਡੀ ਭਾਈ ਕਿੰਨੇ ਕੁ ਜਾਣੇ ਜ਼ਖਮੀ ਹੋਏ ਆਪਣੇ? ਅਸੀਂ ਭਾਈ ਦੋ ਜਣੇ ਹੋਏ ਹਾਂ, ਇੱਕ ਤਾਂ ਮੇਰੇ ਥੋੜ੍ਹੀ ਜਿਹੀ ਸੱਟ ਲੱਗੀ ਹੋਈ ਹੈ, ਚਲੋ ਡਜ਼ਨ ਮੈਟਰ ਨਹੀਂ ਹੈਗੀ ਹੈ, ਬਟ ਮੇਰੇ ਨਾਲ ਦੇ ਫਰੈਂਡ 'ਤੇ ਜ਼ਿਆਦਾ ਲੱਗੀ ਹੋਈ ਹੈ। ਤਾਂ ਭਾਈ ਪੁਲਿਸ ਕੰਪਲੇਂਟ ਵਗੈਰਾ ਕਰਦੇ ਹੋ ਤੁਸੀਂ? ਹਾਂਜੀ ਹਾਂਜੀ, ਉਹ ਕਰਦੇ ਹੋਏ। ਜਿਹਨਾਂ ਦੇ ਸੱਟ ਲੱਗੀ ਹੈ ਸਰ, ਉਹਨਾਂ ਦਾ ਕੀ ਨਾਮ ਹੈ? ਰੋਹਿਤ ਕੁਮਾਰ। ਤੁਹਾਡਾ ਕੀ ਨਾਮ ਹੈ ਸਰ? ਸੁਰਿੰਦਰ ਕੁਮਾਰ। ਦੂਸਰੀ ਗੱਡੀ ਦੀ ਪਹਿਚਾਣ ਹੋਈ ਹੈ, ਕੌਣ ਸੀ? ਨਹੀਂ ਸਰ, ਉਹਨਾਂ ਦਾ ਨਾਮ ਨਹੀਂ ਪਤਾ ਹੈ ਸਾਨੂੰ, ਗੱਡੀ ਦਾ ਉੱਦਾਂ ਪਤਾ ਹੈ, ਹੋਂਡਾ ਸਿਟੀ ਆਈ ਥਿੰਕ ਸ਼ਾਇਦ ਹੈਗੀ ਹੈ, ਹੋਂਡਾ ਦੀ ਹੈ ਗੱਡੀ ਹੈ। ਪੁਲਿਸ ਮੌਕੇ 'ਤੇ ਪਹੁੰਚੀ ਕਿ ਨਹੀਂ? ਪੁਲਿਸ ਮੌਕੇ 'ਤੇ ਅਸੀਂ ਫੋਨ ਕਰਕੇ ਬੁਲਾ ਲਏ ਸਰ।